ਇਹ ਗੱਲਾਂ ਹੋਰ ਕੋਈ ਨਹੀਂ ਅਤੇ ਦੂਸਰੇ 'ਤੇ ਇਲਜ਼ਾਮ ਲਾਉਣੇ ਫਿਰ ਮੈਨੂੰ ਇੱਕ ਨਹੀਂ ਸਮਝ ਆਉਂਦੀ ਕਿ ਅਗਰ ਕੋਈ ਲੜਾਈ ਲੜ ਰਿਹਾ ਤਾਂ ਹਰੇਕ ਤੋਂ ਉਹਨੇ ਲੈਣੀ ਹੁੰਦੀ ਹੈ ਸਪੋਰਟ ਤਾਂ ਕਿਉਂਕਿ ਮੈਂਬਰਾਂ ਤੋਂ ਲੈਣੀ ਹੈ ਸਪੋਰਟ ਤਾਂ ਇਸ ਕਰਕੇ ਹੁਣ ਕਿਸੇ ਦੇ ਨਾਲ ਜੋੜਨਾ ਪਾਰਟੀ ਨਾਲ ਜੋੜਨਾ ਉਹ ਹਾਰ ਦੀ ਨਿਸ਼ਾਨੀ ਨਜ਼ਰ ਆ ਰਹੀ ਹੋਰ ਕੁਛ ਨਹੀਂ ਦੇਖੋ ਬੀਬੀ ਸਾਰੀ ਜ਼ਿੰਦਗੀ ਪੰਥਕ ਰਹੀ ਹੈ ਔਰ ਅੱਜ ਵੀ ਪੰਥਕ ਹੈ ਜੇ ਉਹਨੂੰ ਵੀ ਆਰ ਐੱਸ ਐੱਸ ਦੀ ਕਹੀ ਜਾਂਦੇ ਨੇ ਤਾਂ ਫਿਰ ਇਹਦਾ ਮਤਲਬ ਇਹ ਹਾਰ ਹੀ ਨਜ਼ਰ ਆ ਰਹੀ ਹੈ ਉਹਨਾਂ ਹੋਰ ਕੁਛ ਨਹੀਂ ਅਕਾਲ ਤਖ਼ਤ ਸਾਹਿਬ ਵੀ ਕਹਿੰਦੇ ਹੈਗੇ ਆ ਕਿ ਕੋਈ ਵੀ ਧਿਰ ਜਿੱਤੇ ਪਰ ਉਹਦਾ ਫਾਇਦਾ ਜਿਹੜਾ ਕੋਈ ਤੀਜੀ ਧਿਰ ਲੈ ਜਾ ਸਕਦੀ ਹੈ ਤੀਜੀ ਧਿਰ ਕਿਹੜੀ ਹੋ ਸਕਦੀ ਹੈ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਬੀਜੇਪੀ ਨੂੰ ਟਾਰਗੇਟ ਕੀਤਾ ਜਾ ਸੁਖਬੀਰ ਛੱਡੇ ਪਾਰਟੀ ਸਾਰੀ ਇਕੱਠੀ ਹੋ ਜਾਏਗੀ